लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है। लोग जाने ही गीत है, लोग जाने ही गीत है। एक ओंकार सतगुर प्रसाद, एक ओंकार सतगुर प्रसाद, श्री राखी बार महल्ला चौथा, श्री राखी बार महल्ला चौथा, ਸਲੋਕ ਮਹੱਲਾ ਤੀਜਾ, ਸਲੋਕ ਮਹੱਲਾ ਤੀਜਾ, ਰਾਗਾਂ ਵਿੱਚ ਸ੍ਰੀ ਰਾਗ ਹੈ, ਰਾਗਾਂ ਵਿੱਚ ਸ੍ਰੀ ਰਾਗ ਹੈ, ਇਹ ਸੱਚ ਧਰੇ ਪਿਆਰ, ਇਹ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੈ, ਸਦਾ ਹਰ ਸੱਚ ਮਨ ਵਸੈ, ਨਿਸ਼ਚਲ ਮਤ ਅਪਾਰ, ਨਿਸ਼ਚਲ ਮਤ ਅਪਾਰ, ਰਤਨ ਅਮੋਲਕ ਪਾਇਆ, ਗੁਰ ਕਾ ਸ਼ਬਦ ਵਿਚਾਰ, ਗੁਰ ਕਾ ਸ਼ਬਦ ਵਿਚਾਰ, ਜੀਵਾ ਸੱਚੀ ਮਨ ਸੱਚਾ, ਜੀਵਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ, ਸੱਚਾ ਸਰੀਰ ਆਕਾਰ, ਨਾਨਕ ਸੱਚੇ ਸਤਿਗੁਰ ਸੇਵਿਆ, ਨਾਨਕ ਸੱਚੇ ਸਤਿਗੁਰ ਸੇਵਿਆ, ਸਦਾ ਸੱਚ ਵਾਪਾਰ, ਸਦਾ ਸੱਚ ਵਾਪਾਰ, ਮਹੱਲਾ ਤੀਜਾ, ਮਹੱਲਾ ਤੀਜਾ, ਹੋਰ ਬਿਰਹਾ ਸਭ ਤਾਤ ਹੈ, ਹੋਰ ਬਿਰਹਾ ਸਭ ਤਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਇਹ ਮਨ ਮਾਇਆ ਮੋਹਿਆ, ਇਹ ਮਨ ਮਾਇਆ ਮੋਹਿਆ, ਵੇਖਣ ਸੁਣ ਨਾ ਹੋਏ, ਵੇਖਣ ਸੁਣ ਨਾ ਹੋਏ, ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ, ਅੰਧਾ ਕਿਆ ਕਰੇ, ਨਾਨਕ ਜਿਨ ਅੱਖੀ ਲਿਤੀਆਂ, ਨਾਨਕ ਜਿਨ ਅੱਖੀ ਲਿਤੀਆਂ, ਸੋਈ ਸੱਚਾ ਦੇ, ਸੋਈ ਸੱਚਾ ਦੇ, ਔਰੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ, ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ, ਹਰ ਇੱਕ ਸਦਾ ਹੈ ਅਮਰ ਇੱਕੋ ਹਰ ਚਿਤ ਧਾਰ, ਹਰ ਇੱਕ ਸਦਾ ਹੈ ਅਮਰ ਇੱਕੋ ਹਰ ਚਿਤ ਧਾਰ, ਹਰ ਤਿਸ ਬਿਨ ਕੋਏ ਨਾਹੀ ਡਰ, ਹਰ ਤਿਸ ਬਿਨ ਕੋਏ ਨਾਹੀ ਡਰ, ਭ੍ਰਮ ਭਉ ਦੂਰ ਕਰ, ਭ੍ਰਮ ਭਉ ਦੂਰ ਕਰ, ਹਰ ਤਿਸੈ ਨੂੰ ਸਲਾਹੇ, ਹਰ ਤਿਸੈ ਨੂੰ ਸਲਾਹੇ, ਜੇ ਤੁਧ ਰੱਖੈ ਬਾਹਰ ਕਰ, ਜੇ ਤੁਧ ਰੱਖੈ ਬਾਹਰ ਕਰ, ਹਰ ਜਿਸਨੂੰ ਹੋਏ ਦਿਆਲ, ਹਰ ਜਿਸਨੂੰ ਹੋਏ ਦਿਆਲ, ਸੋ ਹਰ ਜਪ ਭਉ ਬਿਖਮ ਤਰ, ਸੋ ਹਰ ਜਪ ਭਉ ਬਿਖਮ ਤਰ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ, ਸਲੋਕਾਂ ਨਾਲ
ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ। ਵਾਰ ਜਿਹੜਾ ਸ਼ਬਦ ਹੈ, ਵਾਰ ਉਸ ਗੀਤ ਨੂੰ ਕਹਿੰਦੇ ਨੇ ਜਿੱਥੇ ਯੋਧਿਆਂ ਦੀਆਂ ਸੂਰਵੀਰਾਂ ਦੀਆਂ ਗਾਥਾਵਾਂ ਗਾਈਆਂ ਜਾਂਦੀਆਂ ਹੋਣ। ਢਾਡੀ ਆਮ ਕਰਕੇ ਵਾਰਾਂ ਗਾਉਂਦੇ ਨੇ। ਜਦੋਂ ਰਾਜੇ ਮਹਾਰਾਜੇ ਸੂਰਮੇ ਲੜਦੇ ਤਾਂ ਉਹਨਾਂ ਦੀ ਉਸ ਲੜਾਈ ਦ੍ਰਿਸ਼ ਨੂੰ ਵਾਰਾਂ ਵਿੱਚ ਜੋਸ਼ ਭਰਨ ਲਈ ਗਾਇਆ ਜਾਂਦਾ। ਇੱਥੇ ਵੀ ਮਹਾਰਾਜ ਨੇ ਭਗਤੀ ਰਸ ਵਿੱਚ ਜੋਸ਼ ਲਈ, ਕਿਉਂਕਿ ਲਿਖਣ ਦਾ ਤਰੀਕਾ ਹੈ ਜੋ ਸਾਡੇ ਸਮਾਜ ਵਿੱਚ ਪ੍ਰਚਲਿਤ ਸੀ ਅਤੇ ਪ੍ਰਚਲਿਤ ਹੈ ਉਹਨੂੰ ਲੈ ਕੇ ਮਹਾਰਾਜ ਨੇ ਗਾਇਆ। ਜੇ ਵਾਰਾਂ ਗਾਉਣੀਆਂ ਤਾਂ ਆਹ ਵੀ ਗਾ ਕੇ ਦੇਖ ਲਓ, ਜੇ ਘੋੜੀਆਂ ਗਾਉਣੀਆਂ ਨੇ ਤਾਂ ਇਹ ਵੀ ਗਾ ਕੇ ਦੇਖ ਲਓ, ਜੇ ਅਲਾਉਣੀਆਂ ਗਾਉਣੀਆਂ ਨੇ ਤਾਂ ਇਹ ਵੀ ਗਾ ਕੇ, ਜੇ ਸ਼ੰਤ ਗਾਉਣੇ ਨੇ ਤਾਂ ਇਹ ਵੀ ਗਾ ਕੇ ਦੇਖ ਲਓ। ਸਲੋਕ ਸ਼ੰਤ ਵਣਜਾਰਾ ਬਾਰਾਂ ਮਾਹਾਂ ਇਹ ਸਾਰੇ ਦੇ ਸਾਰੇ ਜਿੰਨੇ ਬੰਦਗੀਆਂ ਸਨ ਉਹ ਗਾਈਆਂ ਜਾਂਦੀਆਂ ਸਨ। ਸ਼ੰਤ ਪਿੰਗਲ ਇਹ ਸਾਰੇ ਉਹਨਾਂ ਨੂੰ ਲੈ ਕੇ ਮਹਾਰਾਜ ਨੇ ਇਹ ਬਾਣੀ ਨੂੰ ਰਚਿਆ ਤਾਂ ਕਿ ਸਾਡਾ ਟੇਸਟ ਬਣਿਆ ਰਹੇ, ਤਾਂ ਕਿ ਉਸਨੂੰ ਆਨੰਦ ਨਾਲ ਪੜ੍ਹ ਸਕੀਏ। ਇਹ ਚੌਥੇ ਪਾਤਸ਼ਾਹ ਵੱਲੋਂ ਇਹ ਵਾਰ ਜਿਹੜੀ ਹੈ, ਪੌੜੀਆਂ ਜਿਹੜੀਆਂ ਨੇ ਸਾਰੀਆਂ, ਇਹ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਨੇ। ਸ੍ਰੀ ਰਾਗ ਦੀ ਵਾਰ ਜਿਹੜੀ ਹੈ, ਉਹ ਜਿਹੜੇ ਸਲੋਕ ਨੇ ਉਹ ਵੱਖ ਵੱਖ ਗੁਰੂ ਸਾਹਿਬਾਨ ਦੇ ਨੇ। ਸਲੋਕ ਮਹੱਲਾ ਤੀਜਾ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੈ ਨਿਚਲ ਮਤ ਅਪਾਰ। ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਨੇ, ਉਸ ਤਰ੍ਹਾਂ ਵੀ ਬਹੁਤ ਸਾਰੇ ਰਾਗ ਜਿਹੜੇ ਬਾਹਰ ਨੇ ਜਿਹੜੇ ਗਾਇਨ ਕੀਤੇ ਜਾਂਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ 31 ਰਾਗਾਂ ਵਿੱਚ ਹੈ। ਅਤੇ ਸਭ ਤੋਂ ਉੱਤਮ ਰਾਗ, ਸ੍ਰੇਸ਼ਟ ਰਾਗ, ਪਹਿਲਾ ਰਾਗ ਜਿਹੜਾ ਹੈ ਉਹ ਸ੍ਰੀ ਰਾਗ ਹੈ। ਮਹਾਰਾਜ ਕਹਿੰਦੇ ਰਾਗਾਂ ਵਿੱਚ ਸ੍ਰੀ ਰਾਗ ਹੈ, ਇਹ ਤਾਂ ਉੱਤਮ ਹੈ ਸ੍ਰੀ ਰਾਗ ਪੜ੍ਹਨਾ ਇਸ ਰਾਗ ਨੂੰ, ਕਿਉਂਕਿ ਮਿਠਾਸ ਵਾਲਾ ਰਾਗ ਹੈ ਜੇ ਸੱਚ ਧਰੇ ਪਿਆਰ, ਜੇ ਮਨੁੱਖ ਸੱਚ ਦੁਆਰਾ ਉਸ ਮਾਲਕ ਨਾਲ ਪਿਆਰ ਪਾਵੇ। ਇਹ ਰਾਗ ਨਾਥ ਸਭ ਸੱਚ ਹੈ, ਠੀਕ ਨੇ, ਪਰ ਜੇ ਸੱਚ ਹੈ ਸਾਡਾ ਤਾਂ ਜੇ ਉਸ ਮਾਲਕ ਨਾਲ ਪ੍ਰੇਮ ਪੈ ਜਾਏ। ਸਦਾ ਹਰ ਸੱਚ ਮਨ ਵਸੈ, ਸਦਾ ਉਹ ਸੱਚਾ ਉਹ ਮਾਲਕ ਮਨ ਵਿੱਚ ਵਸ ਜਾਏ। ਨਿਚਲ ਮਤ ਅਪਾਰ, ਉਹ ਵਾਹਿਗੁਰੂ ਅਕਾਲ ਪੁਰਖ ਜੋ ਹੈ, ਜੋ ਅਪਾਰ ਹੈ, ਇਹ ਸਾਡੀ ਮਤ ਨੂੰ ਨਿਚਲ ਕਰ ਦਿੰਦਾ ਹੈ, ਸਥਿਰ ਕਰ ਦਿੰਦਾ ਹੈ, ਮਤ ਫਿਰ ਤਿਰਕਦੀ ਨਹੀਂ। ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ, ਕਿਉਂਕਿ ਗੁਰੂ ਦੇ ਸ਼ਬਦ ਦੀ ਵਿਚਾਰ ਪ੍ਰਾਪਤ ਕੀਤੀ, ਇਹਦੇ ਵਿੱਚੋਂ ਜਿਹੜਾ ਕਿ ਰਤਨ ਹੈ ਅਮੋਲਕ ਹੈ ਉਹ ਪ੍ਰਾਪਤ ਕਰ ਲਿਆ। ਰਤਨ ਅਮੋਲਕ ਪਾਇਆ, ਜਿਹੜਾ ਅਮੋਲਕ ਰਤਨ ਹੈ ਗੁਰ ਕਾ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਸਹੀ ਮਨੇ ਵਿੱਚ ਸਭ ਤੋਂ ਵੱਡਾ ਅਮੋਲਕ ਰਤਨ ਹੈ। ਜੇ ਬਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ, ਉਹ ਜਪਣ ਨਾਲ ਜਿਨ੍ਹਾਂ ਕੋਲੇ ਨਾਮ ਰੂਪੀ ਰਤਨ ਹੈ ਉਹ ਜੀਭ ਤੋਂ ਵੀ ਸੱਚ ਬੋਲਦੇ ਨੇ, ਮਨ ਕਰਕੇ ਵੀ ਸੱਚੇ ਨੇ, ਤੇ ਸਰੀਰ ਦਾ ਆਕਾਰ ਵੀ ਸੱਚ ਹੈ, ਭਾਵ ਜੋ ਪਹਿਰਾਵਾ ਜੋ ਬਣਤਰ ਉਹਨੇ ਬਣਾਈ ਉਹ ਵੀ ਸੱਚ ਹੈ, ਉਹਦੇ ਵਿੱਚ ਵੀ ਕੋਈ ਪਖੰਡ ਨਹੀਂ। ਨਾਨਕ ਸੱਚੈ ਸਤਿਗੁਰ ਸੇਵਿਐ ਸਦਾ ਸੱਚ ਵਾਪਾਰ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਉਹ ਸੱਚੇ ਸਤਿਗੁਰੂ ਨੂੰ ਸਿਮਰਨ ਨਾਲ ਇਹ ਸੱਚ ਦਾ ਵਪਾਰ ਇੰਜ ਕੀਤਾ ਜਾ ਸਕਦਾ ਹੈ। ਮਹੱਲਾ ਤੀਜਾ, ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਹੁਣ ਆਪਾਂ ਕਹਿੰਦੇ ਹੋਰ ਬਿਰਹਾ, ਹੋਰ ਪ੍ਰੇਮ, ਸਾਰਾ ਕੁਝ ਝੂਠ ਹੈ, ਧਾਤ ਦਾ ਮਤਲਬ ਹੈ ਨਾਸ਼ਵਾਨ ਹੈ।
ਹੋਰ ਬਿਰਹਾ ਸਭ ਧਾਤ ਹੈ। ਜਬ ਲਗ ਸਾਹਿਬ ਪ੍ਰੀਤ ਨਾ ਹੋਏ ਜਦ ਤੱਕ ਉਸ ਸਾਹਿਬ ਨਾਲ ਉਸ ਮਾਲਕ ਨਾਲ ਪ੍ਰੀਤ ਨਹੀਂ, ਤੇ ਬਾਹਰਲੇ ਵਿਖਾਵੇ ਦੀ ਪ੍ਰੀਤ ਜਿਹੜੀ ਹੈ ਉਹ ਝੂਠੀ ਹੈ। ਇਹ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ, ਪਰ ਇਹ ਮਾਇਆ ਨਾਲ ਮੋਹਿਆ ਹੋਇਆ ਮਨ ਨਾ ਵੇਖਦਾ ਤੇ ਨਾ ਕਿਹਦੀ ਕੋਈ ਸੁਣਦਾ, ਆਹ ਕੁਦਰਾ ਹੋ ਜਾਂਦਾ। ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ। ਉਦਾਹਰਣ ਦਿੱਤੀ ਤੀਜੇ ਪਾਤਸ਼ਾਹ ਨੇ, ਉਸ ਮਾਲਕ ਨੂੰ ਉਸ ਪਤੀ ਨੂੰ ਵੇਖੇ ਤੋਂ ਬਿਨਾਂ ਪ੍ਰੀਤ ਨਹੀਂ ਉਪਜਦੀ। ਬਹੁਤੇ ਇਸ ਗੱਲ ਦਾ ਫਿਰ ਸਵਾਲ ਕਰਦੇ ਨੇ ਮਹਾਰਾਜ ਨੇ, ਕਿਉਂਕਿ ਤੀਜੇ ਪਾਤਸ਼ਾਹ ਨੂੰ ਇਹ ਚੀਜ਼ਾਂ ਬਹੁਤ ਟੁੱਭੀਆਂ ਕਿ ਜਿਹੜਾ ਸਾਨੂੰ ਦਿਸਦਾ ਹੀ ਨਹੀਂ ਉਹਨੂੰ ਵੇਖੇ ਤੋਂ ਬਿਨਾਂ ਪ੍ਰੀਤ ਕਿਵੇਂ ਹੋ ਸਕਦੀ, ਜਿਹੜੀ ਚੀਜ਼ ਨੂੰ ਦੇਖਿਆ ਹੀ ਨਹੀਂ ਦੇਖੇ ਤੋਂ ਬਿਨਾਂ ਮਾਲਕ ਨੇ ਕਿਵੇਂ ਉਪਜ ਸਕਦੀ ਪ੍ਰੀਤ ਉਹਦੇ ਨਾਲ। ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ, ਕਿਉਂਕਿ ਗਿਆਨ ਤੋਂ ਹੀਣਾ ਅੰਨਾ ਹੈ ਉਹ ਕੀ ਕਰੇਗਾ, ਉਹ ਕਹਿੰਦਾ ਨਾਨਕ ਜਿਨ ਅੱਖੀ ਲੀਤੀਆਂ, ਨਾਲ ਹੀ ਉੱਤਰ ਦਿੰਦੇ ਨੇ ਮਹਾਰਾਜ, ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ। ਜਿਸਨੇ ਇਹ ਗਿਆਨ ਦੀਆਂ ਅੱਖਾਂ ਸਾਡੇ ਕੋਲ ਲਈਆਂ ਨੇ, ਦੇਣ ਵਾਲਾ ਵੀ ਉਹੀ ਹੈ। ਜਦੋਂ ਅਨੁਭਵਤਾ ਦੀਆਂ ਅੱਖਾਂ ਗਿਆਨ ਦੀਆਂ ਅੱਖਾਂ ਨਾਲ ਸੰਸਾਰ ਨੂੰ ਵੇਖੇਗਾ ਤੇ ਉਹ ਸਭ ਘੱਟ ਰਾਮ ਬੋਲਿਆ ਸਾਰੇ ਨਜ਼ਰ ਆ ਜਾਏਗਾ ਉਸੇ ਵੇਲੇ। ਇਹ ਗੱਲ ਕਹਿਣ ਦੀ ਨਹੀਂ, ਇਹ ਸਮਝਣ ਤੇ ਵਿਚਾਰਨ ਦੀ ਗੱਲ ਹੈ। ਕਿਉਂਕਿ ਅੰਨਿਆਂ ਦੀ ਪਰਿਭਾਸ਼ਾ ਤੀਜੇ ਪਾਤਸ਼ਾਹ ਬੜੇ ਸਪਸ਼ਟ ਲਫ਼ਜ਼ਾਂ ਦਿੰਦੇ ਨੇ, ਅੰਧੇ ਸੇ ਨਾ ਆਖੀਐ ਜਿਨਮ ਖਲੋਇਨ ਨਾ ਏ, ਅੰਧੇ ਸੇ ਨਾਨਕਾ ਜੋ ਖਸਮੋ ਕੁੱਤੇ ਜਾਏ। ਸਹੀ ਮਾਇਨੇ ਵਿੱਚ ਅੰਨੇ ਅਸੀਂ ਸਰੀਰ ਦੀ ਦੇਹ ਨਾਲ ਜੁੜ ਗਏ, ਦੇਹ ਨਾਲ ਨਹੀਂ ਵੇਖਣਾ ਤੇ ਉਸ ਨੂੰ ਸੀ ਉਸ ਨਜ਼ਰ ਨਾਲ। ਜਦੋਂ ਉਹਨੇ ਇਹ ਅੱਖਾਂ ਦਿੱਤੀਆਂ, ਸੇ ਅੱਖੜੀਆਂ ਬਿਆਨ ਜਿਨੀ ਠਿੰਦੜੋ ਮਾਂ ਪਿਰੀ, ਉਹ ਕਿਹੜੀਆਂ ਅੱਖਾਂ ਨੇ, ਉਸ ਵਾਹਿਗੁਰੂ ਕਾਲ ਪੁਰਖ ਵੱਲੋਂ ਬਖਸ਼ਿਸ਼ ਹੋਈਆਂ। ਜਦੋਂ ਗਿਆਨ ਦੁਆਰਾ ਅਨੁਭਵਤਾ ਨਾਲ ਉਹ ਸੰਸਾਰ 'ਚ ਵੇਖਿਆ ਤਾਂ ਉਦੋਂ ਸਾਰੇ ਪਾਸੇ ਨਜ਼ਰ ਆਉਣ ਲੱਗ ਪਿਆ। ਪੌੜੀ ਹਰ ਇੱਕੋ ਕਰਤਾ ਇੱਕ, ਇੱਕੋ ਦੀਵਾਨ ਹਰ। ਚੌਥੇ ਪਾਤਸ਼ਾਹ ਉੱਪਰ ਦੀ ਇਸ ਅਵਸਥਾ ਨੂੰ ਦੱਸਦੇ ਨੇ, ਉਹ ਹਰੀ ਇੱਕ ਹੈ, ਉਹ ਕਰਤਾ ਹੈ, ਇੱਕੋ ਹੀ ਯਤਨ। ਕਿਉਂਕਿ ਸਾਡੇ ਸਮਾਜ ਵਿੱਚ ਵੱਖਰੇ ਵੱਖਰੇ ਕਰ ਦਿੱਤੇ, ਬ੍ਰਹਮਾ ਵਿਸ਼ਨ ਮਹੇਸ਼, ਪੈਦਾ ਕਰਨ ਵਾਲਾ ਹੋਰ ਹੈ, ਪਾਲਣ ਵਾਲਾ ਹੋਰ ਹੈ, ਮਾਰਨ ਵਾਲਾ ਹੋਰ ਹੈ। ਮੈਂ ਕਿਹਾ ਨਹੀਂ, ਉਹ ਕਰਤਾ ਸਾਡੀ ਸ੍ਰਿਸ਼ਟੀ ਦਾ ਇੱਕੋ ਹੀ ਹੈ, ਇੱਕੋ ਦੀਵਾਨ ਹਰ। ਉਸ ਪ੍ਰਭੂ ਨੇ ਕਚਹਿਰੀ ਲਾਉਣ ਵਾਲਾ ਵੀ ਉਹ ਆਪ ਹੀ, ਫੈਸਲਾ ਕਰਨ ਵਾਲਾ ਵੀ ਉਹ ਆਪ ਹੀ, ਹਰ ਇੱਕ ਸੇ ਦਾ ਹੈ ਅਮਰ, ਹੁਕਮ ਵੀ ਉਹਦਾ ਹੀ ਚੱਲਦਾ ਇੱਕ ਦਾ ਹੀ, ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਾਰ। ਇਸ ਕਰਕੇ ਉਸ ਇੱਕ ਨੂੰ ਹੀ ਚਿੱਤ ਵਿੱਚ ਧਾਰ, ਚੇਤੇ ਕਰ। ਹਰ ਤਿਸ ਬਿਨ ਕੋਈ ਨਾਹੇ, ਡਰ ਭਰਮ ਭਉ ਦੂਰ ਕਰ। ਜਨਾਬ ਲੱਗਦਾ ਡਰ ਭਰਮ ਭਉ ਦੂਰ ਕਰ, ਉਹ ਤੋਂ ਬਿਨਾਂ ਕੋਈ ਨਹੀਂ, ਆਪਣੇ ਅੰਦਰਲੇ ਡਰ ਭਰਮ ਭਉ ਇਹ ਦੂਰ ਕਰ। ਹਰ ਤਿਸੈ ਨੂੰ ਸਲਾਹੇ, ਜੇ ਤੁਧ ਰੱਖੈ ਬਾਹਰ ਘਰ। ਇਸ ਕਰਕੇ ਉਸ ਹਰੀ ਦੀ ਸਿਫ਼ ਸਲਾਹ ਕਰਨੀ ਕਰ, ਜਿਹੜਾ ਤੈਨੂੰ ਬਾਹਰ ਵੀ ਤੇ ਘਰ ਅੰਦਰ ਵੀ ਰੱਖਿਆ ਕਰਨ ਵਾਲਾ ਹੈ ਤੇਰੀ। ਹਰ ਜਿਸ ਨੂੰ ਹੋਏ ਦਇਆਲ, ਸੋ ਹਰ ਜਪ ਭਉ ਬਿਖਮ ਤਰ। ਹਰ ਜਿਸ ਨੂੰ ਹੋਏ ਦਇਆਲ, ਆਮ ਕਰਕੇ ਉਚਾਰਨ ਅਸੀਂ ਦਾ ਦਿਆਲ ਕਹਿੰਦੇ, ਇਹਦਾ ਉਚਾਰਨ ਹੈ ਦਇਆਲ, ਦਇਆ ਦਾ ਆਲਿਆ, ਦਇਆ ਪਲੱਸ ਆਲਿਆ, ਦਇਆ ਦਾ ਘਰ, ਇਹਦੇ ਅਰਥ ਬਣਦੇ ਨੇ ਦਇਆ ਦਾ ਘਰ।
ਪਰਮਾਤਮਾ ਦਇਆ ਦਾ ਘਰ ਹੈ। ਮਾਰਗ ਨੇ ਹਰ ਜਿਸ ਨੂੰ ਹੋਏ ਦਇਆਲ, ਜਿਹਦੇ ਤੇ ਉਹ ਦਿਆਲੂ, ਉਹ ਕਿਰਪਾਲੂ, ਜਿਹਦੇ ਤੇ ਕਿਰਪਾ ਕਰਦਾ, ਸੋ ਹਰ ਜਪ ਭਉ ਬਿਖਮ ਤਰ, ਉਹ ਹਰੀ ਨੂੰ ਜਪਦਾ। ਤੇ ਭਉ ਬਿਖਮ ਜਿਹੜਾ ਕਿ ਔਖਾ ਤਰਿਆ ਜਾਣ ਵਾਲਾ ਰਸਤਾ ਸੀ, ਸਾਗਰ ਸੰਸਾਰ ਸਮੁੰਦਰ ਹੈ, ਉਹਨੂੰ ਤਰ ਜਾਂਦਾ ਹੈ। ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਮਹੱਲਾ ਪਹਿਲਾ। ਦਾਤੇ ਸਾਹਿਬ ਸੰਧੀਆਂ, ਦਾਤੇ ਸਾਹਿਬ ਸੰਧੀਆਂ, ਕਿਆ ਚੱਲੇ ਤਿਸ ਨਾਲ, ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾਲ ਹਨ, ਇੱਕ ਜਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਨਾ ਸੁੱਤਿਆਂ ਦੇ ਉਠਾਲ। ਮਹੱਲਾ ਪਹਿਲਾ, ਮਹੱਲਾ ਪਹਿਲਾ। ਸਿਦਕ ਸਬੂਰੀ ਸਾਧਿਕਾਂ, ਸਿਦਕ ਸਬੂਰੀ ਸਾਧਿਕਾਂ, ਸਰਬ ਤੋਸਾ ਮਲਾਇਕਾਂ, ਸਰਬ ਤੋਸਾ ਮਲਾਇਕਾਂ, ਦੇਦਾਰ ਪੂਰੇ ਪਾਏ ਸਾਂ, ਦੇਦਾਰ ਪੂਰੇ ਪਾਏ ਸਾਂ, ਥਾਉ ਨਾਹੀ ਖਾਏ ਕਾਂ, ਥਾਉ ਨਾਹੀ ਖਾਏ ਕਾਂ, ਪੌੜੀ ਪੌੜੀ ਸਭ ਆਪੇ ਤੁਧ ਅਪਾਏ ਕੈ, ਸਭ ਆਪੇ ਤੁਧ ਅਪਾਏ ਕੈ, ਕਾਰੇ ਲਾਈ, ਕਾਰੇ ਲਾਈ, ਤੂੰ ਆਪੇ ਵੇਖ ਵਿਖਸਦਾ, ਤੂੰ ਆਪੇ ਵੇਖ ਵਿਖਸਦਾ, ਆਪਣੀ ਵਡਿਆਈ, ਆਪਣੀ ਵਡਿਆਈ, ਹਰ ਤੂੰ ਤੋਂ ਬਾਹਰ ਕਿਛ ਨਹੀਂ ਨਾਹੀਂ, ਹਰ ਤੂੰ ਤੋਂ ਬਾਹਰ ਕਿਛ ਨਾਹੀਂ, ਤੂੰ ਸੱਚਾ ਸਾਈਂ, ਤੂੰ ਸੱਚਾ ਸਾਈਂ, ਆਪੇ ਆਪ ਵਰਤਦਾ, ਆਪੇ ਆਪ ਵਰਤਦਾ, ਸਭਨੀ ਹੀ ਥਾਈ, ਸਭਨੀ ਹੀ ਥਾਈ, ਹਰ ਕਿਸੇ ਤੇ ਆਵੋ ਸੰਤ ਜਨੋ, ਹਰ ਕਿਸੇ ਤੇ ਆਵੋ ਸੰਤ ਜਨੋ, ਜੋ ਲੈ ਛਡਾਈ, ਜੋ ਲੈ ਛਡਾਈ। ਸ਼ਲੋਕ ਮਹੱਲਾ ਪਹਿਲਾ। ਤੇ ਗੁਰੂ ਨਾਨਕ ਪਾਤਸ਼ਾਹ ਇਸ ਸ਼ਲੋਕ ਵਿੱਚ ਦੱਸਦੇ ਨੇ, ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਉਹਦੇ ਅੱਗੇ ਕੀ ਚੱਲ ਸਕਦੀ, ਕਿਉਂਕਿ ਦਾਤਾਂ ਤੇ ਸਾਹਿਬ ਵੱਲੋਂ ਮਿਲਦੀਆਂ ਨੇ, ਇਹ ਦਾਤਾਂ ਤੇ ਸਾਹਿਬ ਦੀਆਂ ਨੇ, ਕਿਸੇ ਬੰਦੇ ਦੀ ਦਿੱਤੀਆਂ ਉਹਦੇ ਹੈ ਨੇ, ਉਹਦੇ ਨਾਲ ਉਹਦੇ ਅੱਗੇ ਪੇਸ਼ ਕੀ ਚੱਲ ਸਕਦੀ ਹੈ। ਇੱਕ ਜਾਗੰਦੇ ਨਾਲ ਹਨ, ਇੱਕ ਜਾਗਦੇ ਨੇ ਪਰ ਲੈ ਨਹੀਂ ਸਕਦੇ, ਗਿਆਨ ਤੇ ਬਹੁਤ ਹੈ, ਨੌਲੇਜ ਤੇ ਬਹੁਤ ਹੈ, ਪਰ ਹੰਕਾਰ ਹੈ, ਲੈ ਨਾ ਸਕੇ। ਇੱਕ ਜਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਇਹੋ ਜਿਹੇ ਹੈ ਜਿਹਨਾਂ ਨੂੰ ਕਹਿੰਦੇ ਵੀ ਇਹਨਾਂ ਨੂੰ ਕਿਹੜਾ ਕੁਛ ਆਉਂਦਾ ਸੀ, ਜਿਹਨਾਂ ਨੂੰ ਕੋਈ ਜਾਣਦਾ ਤੱਕ ਨਹੀਂ ਸੀ, ਉਹਨਾਂ ਨੂੰ ਉਠਾ ਦਿੰਦਾ, ਉਹਨਾਂ ਨੂੰ ਜਗਾ ਦਿੰਦਾ, ਉਹਨਾਂ ਅੰਦਰ ਨਾਮ ਦੀ ਜੋਤ ਲਟ ਲਟ ਕਰਕੇ ਬਾਲ ਦਿੰਦਾ, ਇਹ ਦਾਤ ਉਹਦੀ ਹੈ, ਕਿਉਂਕਿ ਇਹ ਸਾਹਿਬ ਦੀ ਦਾਤ ਹੈ, ਕਿਸੇ ਬੰਦੇ ਵੱਲੋਂ ਮਿਲੀ ਹੋਈ ਦਾਤ ਨਹੀਂ। ਮਹੱਲਾ ਪਹਿਲਾ। ਸਿਦਕ ਸਬੂਰੀ ਸਾਧਕਾਂ, ਸਬਰ ਤੋਸਾ ਮਲਾਇਕਾਂ, ਸਿਦਕ ਵਾਲੇ ਨੇ ਜਿਹੜੇ ਹੈਗੇ ਉਹਨਾਂ ਕੋਲੇ ਸਬਰ ਦਾ ਤੋਸਾ ਹੈ, ਤੋਸਾ ਹੁੰਦਾ ਕਿ ਰਸਤੇ ਦਾ ਖਰਚ, ਉਹਨਾਂ ਕੋਲੇ ਸਬਰ ਹੈ, ਇੱਕ ਸਬਰ ਇੱਕ ਸੰਤੋਖ, ਉਹ ਅੰਦਰੋਂ ਸੰਤੋਖੀ ਨੇ, ਉਹ ਸਬਰ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਨੇ, ਸਹਿਜ ਨਾਲ, ਟਿਕਾਅ ਨਾਲ। ਸਿਦਕ ਸਬੂਰੀ ਸਾਧਕਾਂ, ਸਬਰ ਤੋਸਾ ਮਲਾਇਕਾਂ, ਦੀਦਾਰ ਪੂਰੇ ਪਾਏ ਸਾ, ਥਾਉ ਨਾਹੀ ਖਾਏ ਕਾਂ। ਕਹਿੰਦੇ ਭਾਈ ਜਿਨ੍ਹਾਂ ਕੋਲੇ ਸਬਰ ਹੈ, ਸੰਤੋਖ ਹੈ, ਇਹ ਗੁਣ ਹੈਗੇ ਨੇ, ਉਹ ਹੀ ਉਹਦੇ ਦੀਦਾਰ ਪਾ ਸਕਦੇ ਨੇ। ਥਾਉ ਨਾਹੀ ਖਾਏ ਕਾਂ, ਖਾਇਕ ਕਹਿੰਦੇ ਨੇ
ਜੇ ਕੋ ਖਾਇਕ ਆਖਣ ਪਾਏ, ਗੁਰੂ ਨਾਨਕ ਪਾਤਸ਼ਾਹ ਸ਼ਬਦ ਆਪਾਂ ਪੜ੍ਹਦੇ ਹਾਂ ਜਪੀ ਸਾਹਿਬ ਵਿੱਚ, ਖਾਇਕ ਐਨ ਗੱਪੀ, ਫਜ਼ੂਲ ਵਾਧੂ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਉੱਥੇ ਕੋਈ ਥਾਂ ਨਹੀਂ ਮਿਲਦਾ। ਮੈਂ ਕਹਿੰਦੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਗੱਲਾਂ ਕਰਨੀਆਂ ਹੋਰ ਚੀਜ਼ਾਂ ਨੇ, ਪਰ ਸਿਦਕ ਨਾਲ ਸਬਰ ਨਾਲ ਉਸ ਨੂੰ ਪ੍ਰਾਪਤ ਕਰਨਾ, ਉਸ ਨੂੰ ਜਰਨਾ, ਉਹ ਇੱਕ ਵੱਖਰੀ ਗੱਲ ਹੈ। ਅਸੀਂ ਛੇਤੀ ਭੁੱਲ ਜਾਂਦੇ ਹਾਂ ਅਤੇ ਮਹਾਰਾਜ ਕਹਿੰਦੇ ਨਹੀਂ, ਉਹ ਹੀ ਦਰ ਤੇ ਤੇਰੇ ਦਰ ਤੇ ਤੇਰੇ ਦੀਦਾਰ ਪਾ ਸਕਦੇ ਨੇ ਜਿਹਨਾਂ ਕੋਲ ਸਬਰ ਦਾ ਤੋਸਾ ਹੈ। ਪੌੜੀ ਸਭ ਆਪੇ ਤੁਧ ਉਪਾਏ ਕਹਿ ਆਪ ਕਰ ਲਾਈ, ਇਹ ਸਾਰੀ ਸ੍ਰਿਸ਼ਟੀ ਤੂੰ ਆਪ ਪੈਦਾ ਕੀਤੀ ਹੈ ਅਤੇ ਪਾਤਸ਼ਾਹ ਕਹਿੰਦੇ ਆਪ ਹੀ ਕਰੇ ਲਾਈ, ਕੰਮ ਲੱਗੇ ਨੇ ਲੋਕ, ਤੂੰ ਆਪੇ ਵੇਖ ਵੇਖ ਸਦਾ ਆਪਣੀ ਵਡਿਆਈ, ਆਪਣੀ ਇਸ ਵਡਿਆਈ ਨੂੰ ਵੇਖ ਵੇਖ ਖੁਸ਼ ਹੁੰਦਾ ਹੈ। ਹਰ ਤੁਦੋਂ ਬਾਹਰ ਕਿਛ ਨਾਹੀਂ ਤੂੰ ਸੱਚਾ ਸਾਈਂ, ਹੇ ਹਰੀ ਹੇ ਪ੍ਰਭੂ ਤੇਰੇ ਤੋਂ ਬਾਹਰ ਕੁਝ ਵੀ ਨਹੀਂ, ਤੂੰ ਸੱਚਾ ਸਾਈਂ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਹਮੇਸ਼ਾ ਰਹਿਣ ਵਾਲਾ ਹੈ, ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ, ਕੋਈ ਥਾਂ ਇਹੋ ਜਿਹੀ ਨਹੀਂ ਜਿੱਥੇ ਤੂੰ ਨਹੀਂ, ਸਭ ਪਾਸੇ ਤੇਰਾ ਵਰਤਾਰਾ ਹੈ, ਤੂੰ ਸਭ ਥਾਵਾਂ ਤੇ ਵਰਤਦਾ ਹੈ। ਹਰ ਤਿਸੈ ਧਿਆਵੋ ਸੰਤ ਜਨੋ, ਇਸ ਕਰਕੇ ਹੈ ਗੁਰੂ ਕੇ ਪਿਆਰਿਓ ਸੰਤ ਜਨੋ, ਉਸ ਪ੍ਰਭੂ ਨੂੰ ਧਿਆਓ ਜਿਹਦੀ ਉੱਪਰ ਮਾਰੇ ਗੁਰਦਾਸ ਆਏ ਨੇ, ਜੋ ਲਏ ਛਡਾਈ, ਜਿਹੜਾ ਸਾਨੂੰ ਅਖੀਰ ਵੇਲੇ ਵੀ ਛਡਾ ਲਏਗਾ ਮੋਹ ਮਾਇਆ ਦੇ ਜਾਲ ਚੋਂ, ਇਹਨਾਂ ਜਮਾਂ ਤੋਂ ਸਾਨੂੰ ਛਡਾ ਲਏਗਾ, ਇਸ ਕਰਕੇ ਉਹਨੂੰ ਸਿਮਰਨਾ ਕਰੋ, ਉਹਨੂੰ ਧਿਆਉਣਾ ਕਰੋ। ਹਾਂਜੀ, ਸਲੋਕ ਮਹੱਲਾ ਪਹਿਲਾ। ਸਲੋਕ ਮਹੱਲਾ ਪਹਿਲਾ। ਫੱਕੜ ਜਾਤੀ ਫੱਕੜ ਨਾਉ, ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ, ਸਭਨਾ ਜੀਆਂ ਇੱਕਾ ਛਾਉ, ਆਪੋ ਜੇ ਕੋ ਭਲਾ ਕਹਾਏ, ਆਪੋ ਜੇ ਕੋ ਭਲਾ ਕਹਾਏ, ਨਾਨਕ ਤਾਂ ਪੁਰ ਜਾਪੈ ਜਾਂ ਪਤ ਲੇਖੈ ਪਾਏ, ਨਾਨਕ ਤਾਂ ਪੁਰ ਜਾਪੈ ਜਾਂ ਪਤ ਲੇਖੈ ਪਾਏ। ਮਹੱਲਾ ਦੂਜਾ। ਮਹੱਲਾ ਦੂਜਾ। ਜਿਸ ਪਿਆਰੇ ਸਿਉਨੇ, ਜਿਸ ਪਿਆਰੇ ਸਿਉਨੇ, ਜਿਸ ਪਿਆਰੇ ਸਿਉਨੇ ਹੋ, ਜਿਸ ਪਿਆਰੇ ਸਿਉਨੇ ਹੋ, ਜਿਸ ਆਗੇ ਮਰ ਚੱਲੀਐ, ਜਿਸ ਆਗੇ ਮਰ ਚੱਲੀਐ, ਜੀਵਨ ਸੰਸਾਰ, ਜੀਵਨ ਸੰਸਾਰ, ਆਕੇ ਪਾਛੈ ਜੀਵਨ, ਆਕੇ ਪਾਛੈ ਜੀਵਨ, ਤੁਧ ਆਪੇ ਧਰਤੀ ਸਾਜੀਐ, ਤੁਧ ਆਪੇ ਧਰਤੀ ਸਾਜੀਐ, ਚੰਦ ਸੂਰਜ ਦੋਏ ਦੀਵੇ, ਚੰਦ ਸੂਰਜ ਦੋਏ ਦੀਵੇ, ਦਸ ਚਾਰ ਹੱਠ ਤੁਧ ਸਾਜਿਆ, ਦਸ ਚਾਰ ਹੱਠ ਤੁਧ ਸਾਜਿਆ, ਅਪਾਰ ਕਰੀਵੇ, ਅਪਾਰ ਕਰੀਵੇ, ਇਕਨਾ ਨੂੰ ਹਰ ਲਾਭ ਦੇ, ਇਕਨਾ ਨੂੰ ਹਰ ਲਾਭ ਦੇ, ਜੋ ਗੁਰਮੁਖ ਥੀਵੇ, ਜੋ ਗੁਰਮੁਖ ਥੀਵੇ, ਇਨ ਜਮ ਕਾਲ ਨਾ ਵਿਆਪਈ, ਇਨ ਜਮ ਕਾਲ ਨਾ ਵਿਆਪਈ, ਇਨ ਸੱਚ ਅੰਮ੍ਰਿਤ ਅੰਮ੍ਰਿਤ ਪੀਵੇ, ਇਨ ਸੱਚ ਅੰਮ੍ਰਿਤ ਪੀਵੇ, ਓਏ ਆਪ ਛੁਟੈ ਪਰਵਾਰ ਸਿਉ, ਓਏ ਆਪ ਛੁਟੈ ਪਰਵਾਰ ਸਿਉ, ਇਨ ਪਿਛੈ ਸਭ ਜਗਤ ਛੁਟੀਵੇ, ਇਨ ਪਿਛੈ ਸਭ ਜਗਤ ਛੁਟੀਵੇ। ਸਲੋਕ ਮਹੱਲਾ ਪਹਿਲਾ। ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆ ਇੱਕਾ ਛਾਉ। ਪਾਤਸ਼ਾਹ ਕਹਿੰਦੇ ਭਾਈ ਸੰਸਾਰ ਦੇ ਵਿੱਚ ਜਾਤ ਪਾਤ ਦਾ ਬੜਾ ਰੌਲਾ ਹੈ,
ਕਿ ਸਾਡੀ ਜਾਤ ਉੱਚੀ ਹੈ, ਉਹਦੀ ਜਾਤ ਨੀਵੀਂ ਹੈ, ਜਾਤ ਕਰਕੇ ਅਸੀਂ ਆਪਰੇ ਰਹਿੰਦੇ ਹਾਂ, ਅਤੇ ਦੂਜਾ ਵਡਿਆਈ ਕਰਕੇ ਕਿ ਲੋਕ ਬੜੀਆਂ ਵਡਿਆਈਆਂ ਕਰਦੇ ਨੇ, ਬੜਾ ਚੰਗਾ ਪੁਰਸ਼ ਹੈ ਜੀ, ਇਹਨੂੰ ਉੱਥੋਂ ਨਾ ਮਿਲਿਆ, ਇਹਨੂੰ ਉੱਥੋਂ ਮਿਲਿਆ, ਅਤੇ ਮਾਰ ਕਹਿੰਦੇ ਇਹ ਫੱਕੜ ਹੈ ਸਾਰਾ ਕੁਝ। ਫੱਕੜ ਤੋਂ ਭਾਵ ਹੁੰਦਾ ਫਜ਼ੂਲ, ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ। ਹੁਣ ਪਾਤਸ਼ਾਹ ਸਾਰਿਆਂ ਜੀਵਾਂ ਦਾ ਆਸਰਾ ਤੇ ਇੱਕੋ ਹੀ ਹੈ, ਬਾਕੀ ਇਹ ਜਾਤ ਪਾਤ ਤੇ ਵਡਿਆਈਆਂ ਸਾਰੀਆਂ ਹੀ ਫਜ਼ੂਲ ਨੇ, ਇਹ ਸਾਰਾ ਕੁਝ ਫਜ਼ੂਲ ਹੈ। ਇਹ ਫਾਲਤੂ ਦਾ ਬੋਝ ਤੁਸੀਂ ਕਰਨਾ, ਇਹਨੇ ਸਾਰਾ ਕੁਝ ਫਜ਼ੂਲ ਚੁੱਕਿਆ ਹੋਇਆ ਵਜਨ ਆਪਣਾ। ਆਪੋ ਜੇ ਕੋ ਭਲਾ ਕਹਾਏ, ਆਪਣੇ ਆਪ ਤੋਂ ਕੋਈ ਭਲਾ ਕਹਾਉਂਦਾ ਹੈ, ਲੋਕ ਕਹਿਣ ਇਹ ਬੰਦਾ ਬਹੁਤ ਵਧੀਆ, ਇਹਦੀ ਵਰਗਾ ਤਾਂ ਬੰਦਾ ਹੀ ਕੋਈ ਨਹੀਂ। ਆਮ ਕਰਕੇ ਅਸੀਂ ਵੇਖਦੇ ਹਾਂ ਕਿ ਅਸੀਂ ਵਡਿਆਈਆਂ ਕਰਵਾਉਂਦੇ ਹਾਂ ਕਿਸੇ ਨੂੰ, ਕਹਿ ਕਿ ਤੂੰ ਕਰ ਮੇਰੀ ਵਡਿਆਈ, ਜਾ ਕੇ ਉੱਥੇ ਲੋਕਾਂ ਅੱਗੇ ਦੱਸ ਕੇ ਇਹ ਬੰਦਾ ਬਹੁਤ ਵਧੀਆ। ਅਤੇ ਪਾਤਸ਼ਾਹ ਕਹਿੰਦੇ ਨਾਨਕ ਤਾਂ ਪਰਜਾਪੈ ਜਾਂ ਪਤ ਲੇਖੈ ਪਾਏ, ਉਹਦੇ ਭਲੇ ਹੋਣ ਦਾ ਪਤਾ ਤਾਂ ਹੀ ਲੱਗਦਾ ਜਦੋਂ ਉਸ ਪਰਮਾਤਮਾ ਦੇ ਲੇਖੇ ਵਿੱਚ ਪਵੇ, ਭਾਵ ਉਹਦੀ ਇੱਜ਼ਤ ਉਸ ਮਾਲਕ ਦੇ ਦਰ ਤੇ ਹੋਏਗੀ, ਫਿਰ ਹੀ ਪਤਾ ਲੱਗੇਗਾ ਉਹ ਚੰਗਾ ਸੀ ਜਾਂ ਮਾੜਾ ਸੀ। ਦੁਨੀਆਂ ਭਾਵੇਂ ਜੋ ਮਰਜ਼ੀ ਕਹੇ, ਜੇ ਜੁ ਵਿਚਾਰੇ ਆਰਜਾ ਫੋੜ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੀ ਤਾਂ ਅੰਦਰ ਕੀਟ ਕਰਦੋਸੀ ਦੂਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਉਹ ਤੇ ਆਪ ਦੇਣ ਵਾਲਾ ਹੈ। ਜੇ ਕੋਈ ਕਵੇ ਕਿ ਮੇਰੀ ਲੋਕ ਵਡਿਆਈ ਕਰਦੇ ਨੇ, ਇੱਥੇ ਇਹ ਇੱਥੇ ਰਹਿ ਜਾਣਗੀਆਂ, ਦੁਨੀਆਂ ਕੀਆਂ ਵਡਿਆਈਆਂ ਬਸੰਤਰ ਡਾਰ। ਅਤੇ ਮਾਰੇ ਕਹਿੰਦੇ ਇਹ ਜਿਹੜੀਆਂ ਚੀਜ਼ਾਂ ਅਸੀਂ ਚੁੱਕੀ ਫਿਰਦੇ ਹਾਂ ਫਾਲਤੂ ਦੀਆਂ, ਇਹ ਕਿਸੇ ਕੰਮ ਦੀਆਂ ਨਹੀਂ, ਕੰਮ ਦੀ ਤਾਂ ਉਹ ਚੀਜ਼ ਹੈ ਜਦੋਂ ਉਸ ਮਾਲਕ ਦੇ ਦਰ ਤੇ ਪਹੁੰਚ ਕੇ ਆਪਣੇ ਦਰ ਤੇ ਕਬੂਲ ਹੋਵਾਂਗੇ। ਮਹੱਲਾ ਦੂਜਾ, ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਐ ਹੈ, ਧ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਹੁਣ ਪਕੜੇ ਜਿਹਦੇ ਨਾਲ ਨਿਉ ਹੈ ਪ੍ਰੇਮ, ਜਿਹਦੇ ਨਾਲ ਹੈ ਅੰਦਰੋਂ ਕਿਰਦੇ ਤੋਂ, ਇਹ ਦੂਜੇ ਪਾਤਸ਼ਾਹ ਦਾ ਸ਼ਬਦ ਹੈ, ਮਹਾਰਾਜ ਨੇ ਵੈਰਾਗ ਵਿੱਚ ਉਤਪੰਨ ਕੀਤਾ। ਇਹ ਉਦੋਂ ਉਚਾਰਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਚੜ੍ਹਾਈ ਕਰ ਗਏ, ਅਤੇ ਉਦੋਂ ਹੀ ਮਹਾਰਾਜ ਨੇ ਸ਼ਬਦ ਸਲੋਕ, ਕਿਉਂਕਿ ਗੁਰੂ ਚੌਥੇ ਪਾਤਸ਼ਾਹ ਦੇ 63 ਸਲੋਕ ਮਿਲਦੇ ਨੇ ਇਕੱਲੇ ਬਾਣੀ ਵਿੱਚ, ਦੂਜੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਉਹ ਸਲੋਕਾਂ ਵਿੱਚ ਹੀ ਉਹਨਾਂ ਦਾ ਸਲੋਕ ਆਇਆ ਉਹਨਾਂ ਦਾ। ਅਗਲੇ ਜਿਸ ਪਿਆਰੇ ਸੁਣੇ ਹੋ, ਜਿਸ ਪਿਆਰੇ ਨਾਲ ਸਾਡਾ ਨੇਹ ਸੀ ਪਿਆਰ ਸੀ, ਤਿਸ ਆਗਿਆ ਮਰ ਚੱਲੀ ਹੈ, ਉਹਦੇ ਤੋਂ ਪਹਿਲੇ ਮਰ ਜਾਈਏ, ਚੰਗੀ ਗੱਲ ਸੀ। ਤ੍ਰਿਗ ਜੀਵਨ ਸੰਸਾਰ, ਇਹ ਸੰਸਾਰ ਉੱਤੇ ਜਿਉਣਾ ਸਾਡੇ ਲਈ ਤਰਕਾਰ ਹੈ, ਤਾਂ ਕਹਿ ਪਾਛਾ ਜੀਵਣਾ, ਉਹਦੇ ਪਿੱਛੋਂ ਜੀਵਣਾ ਸਾਡੇ ਲਈ ਇੱਕ ਤਰਕਾਰ ਹੋ ਗਿਆ, ਸਾਡੇ ਲਈ ਔਖਾ ਹੋ ਗਿਆ ਬਹੁਤ। ਪੌੜੀ, ਤੁਦ ਆਪੇ ਧਰਤੀ ਸਾਜੀ ਹੈ, ਚੰਦ ਸੂਰਜ ਦੋਏ ਦੀਵੇ। ਇਹ ਪ੍ਰਭੂ ਤੂੰ ਆਪ ਧਰਤੀ ਦੀ ਸਾਜਨਾ ਕੀਤੀ, ਇਹ ਚੰਦ ਤੇ ਸੂਰਜ ਦੋ ਦੀਵੇ ਇਹ ਸੰਸਾਰ ਦੇ ਵਿੱਚ ਚੱਲਦੇ ਨੇ, ਰਾਤ ਨੂੰ ਚੰਦਰਮਾ ਹੈ ਜਿਹਨੇ ਸੂਰਜ ਹੈ। ਦਸ ਚਾਰ ਹੱਠ ਤੁਦ ਸਾਜਿਆ ਵਪਾਰ ਕਰੀ ਵੇ, ਦਸ ਚਾਰ 14 ਹੱਠ ਮੰਨੇ ਗਏ, ਕਹਿੰਦੇ ਇਹਦੇ ਵਿੱਚ ਸਾਰਾ ਸੰਸਾਰ ਜਿਹੜਾ ਵਪਾਰ ਕਰਦਾ ਹੈ। ਇੱਕ ਨਾਂ ਨੂੰ ਹਰ ਲਾਭ ਦੇ ਜੋ ਗੁਰਮੁਖ ਥੀ ਵੇ, ਜਿਹੜੇ ਤੇ ਗੁਰੂ ਵਾਲੇ ਹੋ ਗਏ, ਤੇ ਇੱਕ ਤੇ ਉਹ ਨੇ ਜਿਹਨਾਂ ਨੂੰ ਤੂੰ ਲਾਭ ਦਿੰਦਾ ਹੈ। ਜਿਹਨੇ ਜਮਕਾਲ ਨਾ ਵਿਆਹ ਪਈ, ਜਿਹਨੂੰ ਸੱਚ ਅੰਮ੍ਰਿਤ ਪੀਵੇ,
ਉਹਨਾਂ ਨੂੰ ਮੌਤ ਦਾ ਡਰ ਨਹੀਂ ਵਿਆਪਦਾ ਕਿਉਂਕਿ ਉਹਨਾਂ ਨੇ ਨਾਮ ਰੂਪੀ ਅੰਮ੍ਰਿਤ ਨੂੰ ਸੱਚ ਨੂੰ ਪੀਤਾ। ਉਹ ਆਪ ਛੁੱਟੇ ਪਰਿਵਾਰ ਸਿਉਂ, ਉਹ ਇਹ ਤੋਂ ਭਾਵ ਉਹ ਲੋਕ ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਵਾਲੇ ਪਾਸੇ ਤੁਰੇ ਹੋਏ ਨੇ, ਸੱਚ ਨੂੰ ਕਬੂਲਿਆ ਜਿਨ੍ਹਾਂ ਨੇ, ਉਹ ਆਪ ਛੁਟਕਾਰਾ ਹੋਣਾ ਸੀ ਨੇ ਪਰਿਵਾਰ ਸਮੇਤ। ਪਰਿਵਾਰ ਸਿਉਂ ਉਹ ਤਿੰਨ ਪਿੱਛੇ ਸਬਜੈਕਟ ਛੱਡੀਵੇ, ਉਹਨਾਂ ਦੇ ਪਿੱਛੇ ਲੱਗ ਕੇ ਭਾਵ ਉਹਨਾਂ ਦੀ ਸੰਗਤ ਕਰਕੇ ਸੰਸਾਰ ਦਾ ਵੀ ਛੁਟਕਾਰਾ ਹੋ ਜਾਂਦਾ ਹੈ। ਜਿਹੜੇ ਸੱਚ ਨਾਲ ਜੁੜੇ ਨੇ, ਨਾਮ ਰੂਪੀ ਅੰਮ੍ਰਿਤ ਨੂੰ ਪੀਤਾ, ਉਹਨਾਂ ਨੇ ਆਪਣਾ ਤੇ ਭਲਾ ਤਾਂ ਕਰਨਾ ਹੀ ਕਰਨਾ ਸੀ, ਕਹਿੰਦੇ ਦੁਨੀਆਂ ਦਾ ਵੀ ਭਲਾ ਕਰਕੇ ਨਾ। ਸਲੋਕ ਮਹੱਲਾ ਪਹਿਲਾ। ਸਲੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਕਰਕੇ ਵਸਿਆ ਸੋਏ, ਭਗਤ ਵਿਚਾਰੇ ਸੋ ਬੰਦਾ ਹੋਏ, ਭਗਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ ਕੀਮਤ ਨਹੀਂ ਪਾਏ, ਕੁਦਰਤ ਹੈ ਕੀਮਤ ਨਹੀਂ ਪਾਏ, ਕੀਮਤ ਪਾਏ ਤਾਂ ਕਹੀ ਨਾ ਜਾਏ, ਕੀਮਤ ਪਾਏ ਤਾਂ ਕਹੀ ਨਾ ਜਾਏ। ਕਰੈ ਸ਼ਰੀਅਤ ਕਰੈ ਵਿਚਾਰ, ਸ਼ਰੀਅਤ ਕਰੈ ਵਿਚਾਰ, ਬਿਨ ਬੂਝੇ ਕੈਸੇ ਪਾਵੈ ਪਾਰ, ਬਿਨ ਬੂਝੇ ਕੈਸੇ ਪਾਵੈ ਪਾਰ। ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜੈ ਤਿਰ ਦੇਖਾਂ ਤੈ ਤਿਰ ਮੌਜੂਦ, ਜੇ ਤਿਰ ਦੇਖਾ ਤੈ ਤਿਰ ਮੌਜੂਦ। ਮਹੱਲਾ ਤੀਜਾ। ਮਹੱਲਾ ਤੀਜਾ। ਗੁਰੂ ਗੁਰ ਸਭਾ ਏਵ ਨਾ ਪਾਈਐ, ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ, ਨਾਨਕ ਸਤਿਗੁਰ ਤਾਂ ਮਿਲੈ, ਨਾ ਮਨ ਰਹੈ ਹਦੂਰ, ਸਪਤ ਦੀਪ ਸਪਤ ਸਾਗਰਾ, ਸਪਤ ਦੀਪ ਸਪਤ ਸਾਗਰਾ, ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ, ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਤਦਾ, ਹਰ ਸਭਨਾ ਵਿੱਚ ਤੂੰ ਵਰਤਦਾ, ਹਰ ਸਭਨਾ ਭਾਣਾ, ਹਰ ਸਭਨਾ ਭਾਣਾ, ਸਭ ਤੁਜੈ ਤੇ ਆਵੈ ਜੀ ਜੰਤ, ਸਭ ਤੁਜੈ ਤੇ ਆਵੈ ਜੀ ਜੰਤ, ਹਰ ਸਾਰੰਗ ਪਾਣਾ, ਹਰ ਸਾਰੰਗ ਪਾਣਾ, ਜੋ ਗੁਰਮੁਖ ਹਰ ਅਰਾਧ ਦੇ, ਜੋ ਗੁਰਮੁਖ ਹਰ ਅਰਾਧ ਦੇ, ਇਨਹੋਂ ਕੁਰਬਾਣਾ, ਇਨਹੋਂ ਕੁਰਬਾਣਾ, ਤੂੰ ਆਪੇ ਆਪ ਵਰਤਦਾ, ਤੂੰ ਆਪੇ ਆਪ ਵਰਤਦਾ, ਕਰ ਚੋਜ ਵਡਾਣਾ, ਕਰ ਚੋਜ ਵਡਾਣਾ। ਸਲੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਆਪਣੇ ਸੰਸਾਰ ਵਿੱਚ ਕੁਦਰਤ ਕਰਕੇ, ਆਪਣੇ ਨਿਯਮ ਕਰਕੇ ਵਸਿਆ ਪਰਮਾਤਮਾ। ਕੁਦਰਤ ਦੀਸੈ, ਕੁਦਰਤ ਸੁਣੀਐ, ਕੁਦਰਤ ਭਾਓ ਸੁਖ ਸਾਰ, ਉਹ ਕਾਦਰ ਕੁਦਰਤ ਵਿੱਚੋਂ ਨਜ਼ਰ ਆਉਂਦਾ। ਵਕਤ ਵਿਚਾਰੇ, ਜਿਹੜਾ ਸਮੇਂ ਨੂੰ ਵਿਚਾਰ ਲਏ, ਭਾਵ ਇਹ ਮਨੁੱਖਾ ਜਨਮ ਮਿਲਿਆ ਇਹ ਸਮੇਂ ਨੂੰ, ਜਿਨ੍ਹਾਂ ਨੇ ਵਿਚਾਰ ਕਰ ਲਈ ਕਿ ਹੁਣ ਸਾਡੇ ਕੋਲ ਸਮਾਂ ਹੈ। ਵਕਤ ਵਿਚਾਰੇ ਸੋ ਬੰਦਾ ਹੋਏ, ਉਹ ਸਹੀ ਮਨੇ ਵਿੱਚ ਬੰਦਾ, ਸੋ ਜੋ ਪਵੇ ਵਿੱਚ ਬੰਦੀ, ਦੇਖਣ ਕੋ ਦੀਦਾਰ, ਉਹ ਸਹੀ ਮਨੇ ਵਿੱਚ ਦਾਸ ਹੋਈ ਹੋਈ ਹੈ ਜਿਹਨੇ ਮਨੁੱਖਾ ਜਨਮ ਵਿਚਾਰ ਲਿਆ, ਸਮਝ ਲਿਆ ਕਿ ਹੁਣ ਮੇਰੇ ਕੋਲ ਸਮਾਂ ਹੈ, ਫਿਰ ਮਿਲੇ ਜਾਂ ਨਾ ਮਿਲੇ। ਕੁਦਰਤ ਹੈ ਕੀਮਤ ਨਹੀਂ ਪਾਏ, ਹਾਂ ਕੁਦਰਤ ਦੁਆਰਾ ਨਜ਼ਰ ਤੇ ਆਉਂਦਾ ਪਰ ਕੀਮਤ ਨਹੀਂ ਪਾ ਸਕਿਆ ਕੋਈ ਉਹਦੀ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ।
ਹਾਂ ਜਿਹਨੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਕੀਮਤ ਪਾਉਣ ਦੀ ਫਿਰ ਕਹਿ ਨਹੀਂ ਸਕਿਆ। ਜੇ ਕੋਈ ਕਹਿ ਪਿੱਛੇ ਪਛਤਾਏ ਇਹ ਵਸਤ ਬਣ ਗਈ। ਇਸ ਕੁਦਰਤ ਨੂੰ ਜਿਹਨਾਂ ਨੇ ਜਾਣੇ ਆ ਉਹ ਕਹਿ ਨਾ ਸਕੇ। ਸ਼ਰਹ ਸ਼ਰੀਅਤ ਕਹਿ ਵਿਚਾਰ, ਹੁਣ ਸ਼ਰਹ ਸ਼ਰੀਅਤ ਸ਼ਰ੍ਹਾਂ ਦੇ ਅਨੁਸਾਰ, ਨਿਯਮਾਂ ਦੇ ਅਨੁਸਾਰ, ਮਰਿਆਦਾ ਦੇ ਅਨੁਸਾਰ ਮੁਸਲਮਾਨ ਵਿਚਾਰਾਂ ਤੇ ਕਰਦੇ ਨੇ। ਸ਼ਰ੍ਹਾਂ ਦੇ ਮੁਤਾਬਕ ਇਸ ਤਰ੍ਹਾਂ ਹੈ, ਸ਼ਰ੍ਹਾਂ ਦੇ ਮੁਤਾਬਕ ਇਸ ਤਰ੍ਹਾਂ ਹੈ। ਬਿਨ ਬੂਝੇ ਕੈਸੇ ਪਾਵੇ ਪਾਰ, ਪਰ ਉਸ ਪਰਮਾਤਮਾ ਨੂੰ ਸਮਝਣ ਤੋਂ ਬਿਨਾ ਇਹ ਪਾਰ ਕਿਵੇਂ ਹੋ ਸਕਦੇ ਨੇ। ਜਿਹੜੀ ਸ਼ਰ੍ਹਾਂ ਸ਼ਰੀਅਤ ਨੇ, ਜਿਹੜੀਆਂ ਮਰਿਆਦਾਵਾਂ ਨੇ, ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਨੇ ਸਾਰੀਆਂ, ਕਹਿੰਦੇ ਉਹ ਤੇ ਮਰਿਆਦਾ ਤੋਂ ਹੱਦਾਂ ਬੰਨਿਆਂ ਤੋਂ ਬਾਹਰ ਹੈ। ਉਹ ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਤੇਰਾ ਸਿਜਦਾ ਕਰਨਾ ਅੰਦਰ ਸਿਦਕ ਹੋਣਾ ਸੀ। ਮਨ ਕਰ ਮਕਸੂਦ, ਮਨ ਨੂੰ ਆਪਣਾ ਕੋਈ ਮਕਸੂਦ ਹੁੰਦਾ ਕਿ ਉਹਦਾ ਮਨੋਰਥ ਕੀ ਤੇਰਾ ਹੁੰਦਾ। ਮਨ ਨੂੰ ਇਹ ਸਮਝਾ ਕਿ ਤੇਰਾ ਮਨਾ ਆਉਣ ਦਾ ਮਨੋਰਥ ਕੀ ਸੀ। ਇਸ ਮਾਲਕ ਦੇ ਦਰ ਤੇ ਆਏ ਆ, ਤੇਰਾ ਸਿਜਦਾ ਕੀਤਾ ਤੂੰ, ਸਿਜਦਾ ਕਰਨ ਤੋਂ ਭਾਵ ਕੀ ਸੀ? ਮੱਥਾ ਟੇਕਿਆ ਤੂੰ ਆ ਕੇ, ਪਰ ਸਿਦਕ ਰੱਖਣਾ ਸੀ। ਸਿਦਕ ਰੱਖਣਾ ਹੀ ਤੇਰਾ ਮੱਥਾ ਟੇਕਣਾ ਹੈ। ਮਨ ਨੂੰ ਇੱਕ ਸੇਧ ਦੇਣੀ ਇਹ ਤੇਰਾ ਮਕਸੂਦ ਸੀ। ਜੇ ਤੇਰਾ ਦੇਖਾਂ ਤੇ ਤੇਰਾ ਮੌਜੂਦ, ਕਿਨ ਮੈਂ ਜਿੱਧਰ ਵੀ ਦੇਖਿਆ ਉੱਥੇ ਹਰ ਜਗ੍ਹਾ ਤੇ ਮੌਜੂਦ ਹੈ। ਕਿਉਂਕਿ ਮੁਸਲਮਾਨ ਜਿਹੜੇ ਲੋਕ ਨੇ ਉਹ ਸਿਰਫ ਲਹਿੰਦੇ ਵੱਲ ਨੂੰ ਕਰਦੇ ਨੇ ਸਿਜਦਾ, ਤੇ ਕਹਿੰਦੇ ਜਦੋਂ ਮੈਂ ਅੰਦਰੋਂ ਵੇਖਿਆ ਧਿਆਨ ਨਾਲ ਤੇ ਪਰਮਾਤਮਾ ਤੇ ਹਰ ਪਾਸੇ ਹੀ, ਹਰ ਪਾਸੇ ਮੌਜੂਦ ਹੈ। ਜਿੱਧਰ ਨੂੰ ਮੱਥਾ ਟੇਕਦੇ ਉਹ ਤੇ ਉੱਧਰ ਵੀ ਹੈ। ਚੜ੍ਹਦੇ ਪਾਸੇ ਕਿਹੜਾ ਨਹੀਂ, ਜਾਂ ਪੂਰਬ ਵਾਲੇ ਪਾਸੇ ਕਿਹੜਾ ਨਹੀਂ, ਜਾਂ ਪੱਛਮ ਵਾਲੇ ਪਾਸੇ ਕਿਹੜਾ ਨਹੀਂ ਹੈ। ਕਹਿੰਦੇ ਇਸ ਕਰਕੇ ਇੱਕ ਜਗ੍ਹਾ ਨਾ ਮਾਨੋ ਨੂੰ, ਉੱਥੇ ਹਰ ਜਗ੍ਹਾ ਹੈ। ਮਹੱਲਾ ਤੀਜਾ ਗੁਰਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ। ਗੁਰਸਭਾ, ਸਬਦ ਪਾਵ ਗੁਰੂ ਦੀ ਸੰਗਤ, ਭਾਈ ਕਹਿੰਦੇ ਸਰੀਰਕ ਤੌਰ ਤੇ ਨਹੀਂ ਪਾਈ ਜਾ ਸਕਦੀ, ਨਾ ਨੇੜੈ ਨਾ ਦੂਰ, ਕਿਉਂਕਿ ਵੀ ਅਸੀਂ ਸਰੀਰਕ ਤੌਰ ਤੇ ਇੱਥੇ ਹੁੰਦੇ ਹਾਂ, ਇੱਥੇ ਹੁੰਦੇ ਹੋਏ ਨਹੀਂ ਹੁੰਦੇ। ਕਈ ਵਾਰੀ ਬੈਠੇ ਘਰੇ ਹੁੰਦੇ ਹਾਂ ਪਰ ਹੁੰਦੇ ਇੱਥੇ ਹਾਂ। ਕਿਉਂ? ਕਿਉਂਕਿ ਮਨ ਦੀ ਖੇਡ ਹੈ ਸਾਰੀ। ਕਹਿੰਦੇ ਗੁਰਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੈ ਹਦੂਰ। ਤੇ ਪਾਤਸ਼ਾਹ ਕਹਿੰਦੇ ਭਾਈ ਸਤਿਗੁਰੂ ਦੇ ਤਾਂ ਹੀ ਮਿਲਦਾ ਜਦੋਂ ਮਨ ਹਜ਼ੂਰੀ ਚ ਰਹੇਗਾ। ਅਸੀਂ ਬੈਠੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਾਂ, ਬਾਣੀ ਸੁਣ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਸਰੀਰ ਕਰਕੇ ਬੈਠੇ ਹਾਂ, ਪਰ ਮਨ ਕਰਕੇ ਤੇ ਹੋਰ ਤੁਰ ਫਿਰਦੇ ਹਾਂ, ਪਰ ਮੌਜੂਦ ਨਹੀਂ ਹੈਗੇ। ਸਤਿਗੁਰੂ ਦੀ ਪ੍ਰਾਪਤੀ ਕਿਵੇਂ ਹੋ ਜਾਏਗੀ? ਨਹੀਂ ਹੋ ਸਕਦੀ। ਤੇ ਮੈਂ ਕਿਹਾ ਤਾਂ ਹੀ ਮਿਲ ਸਕਦੀ ਜੇ ਮਨ ਮੌਜੂਦ ਹੈ ਉੱਥੇ। ਪੌੜੀ ਸਪਤ ਦੀਪ ਸਤ ਸਾਗਰਾ, ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ। ਸੱਤ ਦੀਪ ਨੇ, ਸੱਤ ਸੱਤ ਸਮੁੰਦਰ ਮੰਨੇ ਗਏ ਨੇ, ਨੌ ਖੰਡ ਪ੍ਰਿਥਵੀ ਮੰਨੀ ਗਈ ਹੈ, ਚਾਰ ਵੇਦ ਨੇ, ਦਸ ਅਸ਼ ਅਠਾਰਾਂ ਪੁਰਾਣ ਮੰਨੇ ਗਏ ਨੇ। ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ, ਕਿ ਪ੍ਰਭੂ ਤੂੰ ਸਾਰਿਆਂ 'ਚ ਹੀ ਵਸਦਾ, ਸਾਰਿਆਂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਸਭ ਤੋਂ ਦੇ ਧਿਆਵੈ ਜੀ ਜੰਤ, ਇਹ ਪ੍ਰਭੂ ਤੈਨੂੰ ਸਾਰੇ ਧਿਆਉਂਦੇ ਨੇ, ਜਿੰਨੇ ਜੀਵ ਜੰਤ ਨੇ ਸਾਰੇ ਤੈਨੂੰ ਧਿਆ ਰਹੇ ਨੇ। ਹਰ ਸਾਰਗ ਪਾਣਾ, ਇਹ ਪ੍ਰਭੂ ਤੂੰ ਸਾਰਗ ਪਾਣ ਹੈ, ਸਾਰੀ ਧਰਤੀ ਨੂੰ ਆਪਣੇ ਹੱਥਾਂ ਵਿੱਚ ਲਿਆ ਹੋਇਆ, ਸੰਭਾਲਿਆ ਹੋਇਆ। ਜੋ ਗੁਰਮੁਖ ਹਰ ਅਰਾਧਦੇ, ਹਾਂ ਜਿਹੜੇ ਗੁਰੂ ਦੇ ਅਨੁਸਾਰੀ ਹੋ ਕੇ ਤੈਨੂੰ ਅਰਾਧਦੇ ਨੇ, ਕਿਸਦੇ ਤੋਂ ਧਿਆਉਂਦੇ ਨੇ। ਤਿੰਨ ਹੋਂ ਕੁਰਬਾਨ, ਚੌਥੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਮੈਂ ਉਹਨਾਂ ਤੋਂ ਬਲਿਹਾਰ ਜਾਣਾ।
ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ। ਇਹ ਪ੍ਰਭੂ ਤੂੰ ਸਾਰੀ ਸ੍ਰਿਸ਼ਟੀ ਵਿੱਚ ਆਪ ਵਰਤ ਰਿਹਾ, ਕਰ ਚੋਜ ਵਿਡਾਣਾ। ਤੇਰਾ ਇਹ ਕੌਤਕ ਹੈਰਾਨ ਕਰ ਦੇਣ ਵਾਲਾ ਹੈ, ਅਚਰਜ ਹੈ। ਤੇਰਾ ਇਹ ਕੌਤਕ ਹੈਰਾਨ ਹੈ ਕਿ ਸਾਰਿਆਂ ਵਿੱਚ ਵਸਦਾ ਹੋਇਆ, ਸਾਰੇ ਪਾਸੇ ਵਸਦਾ ਪਿਆ, ਸਾਰੀ ਸ੍ਰਿਸ਼ਟੀ ਨੂੰ ਆਪ ਪੈਦਾ ਕੀਤਾ, ਉਸ ਸ੍ਰਿਸ਼ਟੀ ਵਿੱਚ ਆਪ ਹੀ ਵਸਦਾ ਪਿਆ। ਸੋ ਪਾਤਸ਼ਾਹ ਇਹ ਗੱਲਾਂ ਸਾਨੂੰ ਸਮਝਾਉਂਦੇ, ਇਹ ਵਾਰ ਸ਼ੁਰੂ ਹੋਈ। ਅੱਜ ਦਾ ਸਮਾਂ ਜਿਹੜਾ ਹੈ ਇੱਥੇ ਸਮਾਪਤ ਹੁੰਦਾ ਹੈ। ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ ਜੀ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ, ਹਮ ਬਾਰਕ ਹਰ ਪ੍ਰਭ ਕੇ ਹੈ ਆਣੇ।